ਅਪ੍ਰੈਲ ਤੱਕ ਮਾਸੜ ਨੇ ਸੋਚਿਆ ਵਾ ਵੀ ਕਿਆ ਕਿਆ ਕਰਨਾ ਹੈ। ਇੱਕ ਵੀ ਛੁੱਟੀ ਨੀ ਹੈਗੀ, ਐਤਵਾਰ ਦੀ ਛੁੱਟੀ ਵੀ ਨੀ ਹੈਗੀ। ਤੂੜੀ ਭਰੀ, ਜਦ ਮੈਂ ਛੋਟਾ ਸਾ ਨਾ ਵੇਖਣਾ ਤੂੜੀ ਦੇਖ ਕੇ ਨਾ ਭੱਜ ਕੇ ਵੜ ਜਾਂਦੇ ਕਮਰੇ ਮਾਂ ਵੀ ਕੰਡ ਲੜੂੰਗੀ ਪਿੱਛੇ ਹੋ ਜਾਓ ਹਵਾ ਚੱਲਦੀ ਤੂੜੀ ਆ ਗਈ। ਜਦੋਂ ਕਿਹਾ ਮੈਨੂੰ ਮਾਸੜ ਨੇ ਲਾਲੀ ਉਹ ਚੱਕ ਪੰਜੀ ਉੱਪਰ ਚੜ ਜਾ, ਉਹ ਤਾਂ ਦਮ ਸਿੱਕੜ ਪੈਣ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਮਿਲੋ ਲਾਲੀ ਨੂੰ। ਸਤਿ ਸ਼੍ਰੀ ਅਕਾਲ ਜੀ ਲਾਲੀ ਬਾਈ, ਅੱਜ ਹੋਇਆ ਉਰੇ ਮਾਣਾ ਅਤੇ ਭੈਣ ਵੀ ਆਈ ਹੋਈ ਆ ਅਤੇ ਖਬਰਸਾਰ ਨੂੰ ਆਏ ਹਾਂ ਬਾਈ ਇਹ ਦਲਵੀਰ ਜੀ ਨੂੰ ਥੋੜ੍ਹਾ ਪੈਰ ਦਾ ਮੁੜ ਗਿਆ ਤਾ, ਗਿੱਟਾ ਜਿਹਾ ਨਿਕਲ ਗਿਆ ਤਾ। ਵਾਧੇ ਵੀ ਤੁਹਾਨੂੰ ਨਹੀਂ ਨਹੀਂ ਬਚਾਓ ਹੈ, ਗਿੱਟਾ ਨਿਕਲ ਗਿਆ, ਪੈ ਪਵਾ ਲਿਆ ਗਿੱਟਾ ਤਾਂ ਇੱਥੇ ਥੋੜ੍ਹਾ ਮਾਰ ਜਿਹਾ ਫਟ ਗਿਆ। ਚਲੇ ਕਹਿੰਦੇ ਖਬਰਸਾਰ ਲੈਣ ਨੂੰ ਨਹੀਂ ਬਾਈ ਭੈਣ ਕੌਲ ਕਰਦੀ। ਅੱਜ ਲਾਲੀ ਵਿਹਲਿਆ ਤਾਂ ਲਾਲੀ ਨੂੰ ਲਿਆ ਨਾਲੇ, ਲਾਲੀ ਇੱਥੇ ਗਿਆ ਹੋਇਆ ਹੁਣ ਆਪਣਾ ਸਿੱਖ ਰਿਹਾ ਕੰਮ ਕਾਰ ਵੀ। ਮੈਂ ਕਿਹਾ ਵਧੀਆ ਹੱਥ ਖੋਲਣਾ ਚਾਹੀਦਾ, ਭੈਣ ਸੈਰ ਕਰਦੀ ਫਿਰਦੀ ਆ ਇੱਧਰ। ਅਤੇ ਕਹਿੰਦੀ ਮੈਂ ਪਹਿਲਾਂ ਘਰੇ ਰੋਟੀ ਖਾਈ ਤੀ, ਕੁਛ ਹੋਰ ਖਾ ਲਈ, ਹੁਣ ਸੈਰ ਕਰਦੀ ਫਿਰਦੀ ਆ। ਹੈ ਭੈਣ ਖਬਰਸਾਰ ਲਈ ਨੀ ਨੇ ਹਲੇ, ਬਾਅਦ ਚ ਸਾਰ ਰੋਟੀ ਖਾ ਕੇ ਕਹਿੰਦੀ ਉਹ ਸੱਚੋ ਤੂੰ ਪੈਰ ਦੱਸ ਜਿਹਦੀ ਖਬਰ ਬੈਠੀ ਤਾਂ ਕੱਪੜੇ ਧੋਣਾ। ਹੁਣ ਕਿੱਧਰ ਨੂੰ ਤਿਆਰ ਹੋਈ? ਬਾਸਮਤੀ ਭੈਣ ਨਾ ਕੋਲ ਤੇ ਆਈ ਸੀ, ਮੈਂ ਕਹਿੰਦਾ ਉਹੀ ਆ ਕਿ ਦੂਜੀ ਆਪਣੀ ਵਾਲੀ ਆ। ਬਾਸਮਤੀ ਚੌਲ ਕਟਵਾਏ ਇੱਥੇ ਠੀਕ ਹੈ, ਜ਼ਿਆਦਾ ਕਰ ਦਿੰਦੇ ਦਾਬ ਵੱਧ ਦੇ ਦਿੰਦੇ ਕਣੀ ਹੋ ਜਾਂਦੀ ਹੈ। ਮੈਨੂੰ ਵੀ ਉਹ ਕਰਨੀ ਪੈਣੀ ਆ। ਹਾਂ ਇਹਨੂੰ ਰਹਿਣ ਕੇ ਉਹ ਕਰ ਦੋ, ਇਹਦੇ ਤਾਂ ਉਹ ਹੋਣੀ ਹੈ ਸੈੱਟ ਹੋਣੀ ਹੈ। ਹਾਂ ਉਹਨੂੰ ਛੁੱਟੀ ਨਹੀਂ ਹੈਗੀ ਨਾ, ਕਿੰਨੇ ਆ ਵਿੱਚ ਹੈ ਵਧੀਆ ਉਹ ਬਾਸਮਤੀ ਹੈ ਥੋੜਾ ਨਹੀਂ। ਬਾਸਮਤੀ ਕੁੱਟਣ ਵਾਲੇ ਵੀ ਉਹਨਾਂ ਨੂੰ ਅਲੱਗ ਪਤਾ ਹੁੰਦਾ। ਖਬਰ ਸਾਹਿਬ ਦੇ ਦੀ ਭੈਣ ਨੂੰ, ਚਲ ਅਸੀਂ ਰੋਪੜ ਜਾ ਆਈਏ। ਹਾਂ ਫੋਨ ਕਰਕੇ ਤਾਂ ਪੁੱਛਦੀ ਤੇ ਹੁਣ ਫਿਰ ਕਹਿੰਦੀ ਠੀਕ ਹੀ ਨੀ ਜਦ ਤੱਕ ਦੇਖ ਕੇ ਨਾ। ਹੁਣ ਠੀਕ ਆ ਪੈਰ ਦੁਖਦਾ ਕਿਉਂ ਭੈਣ? ਕੰਮ ਨੂੰ ਨੀ ਬਾਈ ਇਹ ਉਹ ਕਰਦੇ ਹੈਗੇ। ਚੱਲ ਚੱਲੀ ਕਿਆ ਕਣੀ ਪਹਿਲਾਂ ਤਾਂ ਜਾ ਕੇ ਉਹ ਚੱਕ ਕੇ ਲਿਆ ਠੀਕ ਹੈ, ਫਿਰ ਆਪਾਂ ਛਾਣਦੇ ਆ ਤੇ ਲਾਲੀ ਇੰਨੀ ਦੇਰ ਵੇਟ ਕਰਨੀ ਪੈਣੀ ਤਾਂ ਬਣਨੇ ਆ। ਲੋ ਬਾਈ ਰੋਪੜ ਤੇ ਆ ਗਏ ਤੇ ਆਉਂਦੇ ਹੀ ਦੇਖ ਲੋ ਚਾਹ ਪਾਣੀ ਰੋਟੀ ਰੋਟੀ ਖਾ ਕੇ ਚੌਲ ਆ ਦੇਖ ਲੋ ਕਿਆ ਕੰਮ ਲੱਗਿਆ ਬਾਈ। ਪਤੰਗ ਲੱਗੇ ਡਾਨ ਆਪਣੇ ਇੰਡੀਅਨ ਡੋਰ ਨਾਲ ਠੀਕ ਹੈ ਜੀ।
ਪਾਕਿਸਤਾਨੀ ਚਾਈਨੀਜ਼ ਡੋਰ ਨਾਲ ਪਤੰਗ ਨਹੀਂ ਡਾਣੇ ਚਾਹੀਦੇ, ਉਹ ਬਹੁਤ ਹੀ ਖਤਰਨਾਕ ਆ। ਠੀਕ ਆ ਜੀ, ਆਪਣੀ ਇਹਦੀ ਪਸੰਦ ਹੁਣ ਆਈ ਆ, ਹੈ ਪਸੰਦ ਹੁਣ ਆਈ ਆ ਬਦਤ। ਓਏ ਇਹਨਾਂ ਚੌਲ ਖੰਡਾ ਦੇ ਨੇ ਯਾਰ, ਇਹ ਇਕੱਠੇ ਕਰਕੇ ਪੈਰ ਮਾਰਨੇ ਨੇ। ਅੰਦਰ ਰੱਖੇ ਪਤੰਗ ਆ, ਬਸੰਤ ਦੇ ਹੀ ਬਚੇ ਹੋਏ ਤੇ ਦਿਖਾਤੇ ਇਹਨੂੰ ਵੀ ਹੈਗੇ ਆ, ਬਸੰਤ ਦੇ ਹੀ ਬਚੇ ਹੋਏ ਤੇ ਕਹਿੰਦੇ ਐ ਪਤੰਗ ਡਾਈਓ। ਲੈ ਤੋਰੇ ਨਹੀਂ ਹੁਣ ਦਾ ਉਹ ਦੇਖੀ ਉਹਦੀ ਹਵਾ ਦਾਦੀ ਦੀ ਵੀ ਕੋਈ ਇਹਨੇ ਰੋਲਾ ਪਾਉਣਾ, ਹੋਰ ਕੁਝ ਨਹੀਂ ਕਰਨਾ। ਲੈ ਜਾ ਸਾਡੇ ਅਸ਼ਰਤੀ ਸਕੂਰਟੀ ਵੀ ਆ ਉਹ ਬਣਾ ਦੇ ਤੋੜ ਤੇ ਓਏ ਓਏ ਤਾੜ ਤਾ ਕੋਈ ਟਾਈਮ ਨੀ ਹੋਇਆ, ਚੱਲ ਪਿਆ ਮਨ ਲੱਗਦਾ ਮਿੰਟਾਂ ਜਿਹੜਾ ਲਿਆ ਨਾ ਪਤੰਗ ਤੈਨੂੰ ਡਾਣਾ ਨੀ ਆਉਂਦਾ ਦੇਖ ਜਾ ਲੈ ਪੇਚਾ ਪਾਈਏ ਮੰਦ ਸਿਖਾਇਆ ਵਾ ਇਹ ਦਸ ਬਾਰਾਂ ਸਾਲ ਹੋ ਗਏ ਪਤੰਗ ਉਡਾਉਂਦੇ ਨੂੰ, ਪੂਰੇ ਇਲਾਕੇ ਮੈਂ ਕੋਈ ਬੰਦਾ ਨੀ ਹੈਗਾ ਜਿਹੜਾ ਜੱਟ ਨਾਲ ਪੇਚਾ ਪਾ ਦੇਵੇ, ਜਦ ਮਰਜ਼ੀ ਸ਼ਰਤ ਲਾ ਕੇ ਪੇਚਾ ਆ ਜੀ ਮਾਸੀ ਪਾਉਣ ਨੂੰ। ਹੋਇਆ ਕੀ ਜੇ ਕਰਨੇ ਸ਼ਿਕਾਰ ਛੱਡ ਤੇ ਹਰੇ ਰਫਲਾ ਚਲਾਉਣੀ ਜੱਟ ਭੁੱਲੇ ਆ, ਡਾਇਲੋਗ ਵੀ ਪੂਰੇ ਮਾਰਦੇ ਆ ਬਸੰਤ ਲਾਂਗੀ ਹੁਣ ਨੀ ਉੜਦੇ ਪਤੰਗ ਤੇਰੇ ਵਰਗੇ ਪਾਗਲ ਤੋੜਾ ਆਈ ਬਸੰਤ ਪਾਲਾ ਉਡਾਉਣ ਤਾਂ ਉਹ ਕੰਮ ਥੋੜੀ ਆ। ਦੇਖ ਝੰਡੀ ਦੇਖ ਝੰਡੀ ਦਿਖਾ ਪਹਿਲਾਂ, ਝੰਡੀ ਤਾਂ ਬਹੁਤ ਦੂਰ ਹੈ, ਤਰਪੈਨ ਚਲਾਣੀ ਜਾਂਦੀ ਹੈ ਸਾਨੂੰ ਆਉਂਦੀ ਨੀ ਤਕਨੀਕ ਆ ਵੀ ਦੇਖੋ
ਪੈਸਾ ਕਿੱਧਰ ਨੂੰ ਉਡਾ ਦੀਏ ਕਿੱਥੇ ਉਡਾ ਦੀਏ ਸ਼ਾਹ 500 ਰੁਪਏ ਮੈਨੂੰ ਆਉਂਦਾ ਪੂਜੇ ਲਾਉਣਾ ਹੈ ਸਿਆਣਾ ਹੋ ਗਿਆ ਹੁਣ ਹੁਣ ਛੱਡਦੇ ਜਿਹੜੇ ਤੂੰ ਦੱਸ ਰਿਹਾ ਵੀ ਅੜਾਉਣੇ ਵਾਲੇ ਕੰਮ ਹੁਣ ਤੂੰ ਵੀ ਕਮਾਣੇ ਵਾਲਾ ਉਹ ਕਰ ਦਿਖਾ ਦੇ ਇੱਕ ਵਾਰੀ ਰੰਗ ਲਾ ਕੇ ਬਈ ਲਾਲੀ ਨੇ ਪਤੰਗ ਦਾ ਤਾਰ ਲਿਆ ਤੇ ਹੁਣ ਇਹ ਕਹਿੰਦਾ ਜਾਣਾ ਹੈ ਭੈਣਾਂ ਦੇ ਉੱਤੇ ਜੀ ਲੱਗਿਆ ਹੋਇਆ ਇਹਨੂੰ ਕੰਮ ਬਾਈ ਵਾਧੂ ਹੈ ਕਹਿੰਦਾ ਫਿਰ ਉੱਥੇ ਕੰਮ ਕੁੰਮ ਵੀ ਕਰਨਾ ਹੁਣ ਕਿਆ ਕੰਮ ਚੱਲਦਾ ਜੀ ਤਾਂ ਇੰਨਾ ਮੰਮੀ ਤੂੰ ਕੰਮ ਦੇ ਲਾ ਵੀ ਕੰਮ ਇਹਨਾਂ ਦਾ ਅਪ੍ਰੈਲ ਤੱਕ ਮਾਸੜ ਨੇ ਸੋਚਿਆ ਵਾ ਵੀ ਕਿਆ ਕਿਆ ਕਰਨਾ ਹੈ ਇੱਕ ਵੀ ਛੁੱਟੀ ਨਹੀਂ ਹੈਗੀ ਐਤਵਾਰ ਦੀ ਛੁੱਟੀ ਵੀ ਨਹੀਂ ਹੈਗੀ ਠੀਕ ਹੈ ਤੂੜੀ ਭਰੀ ਜਦ ਮੈਂ ਛੋਟਾ ਸਾ ਨਾ ਵੇਖਣਾ ਤੂੜੀ ਦੇਖ ਕੇ ਨਾ ਭੱਜ ਕੇ ਵੜ ਜਾਂਦੇ ਕਮਰੇ ਮਾਂ ਵੀ ਕੰਡ ਲੜੂੰਗੀ ਪਿੱਛੇ ਹੋ ਜਾਓ ਹਵਾ ਜਾਊਗੀ ਤੂੜੀ ਆ ਗਈ ਜਦੋਂ ਕਿਹਾ ਮੈਨੂੰ ਮਾਸੜ ਨੇ ਲਾਲੀ ਉਹ ਚੱਕ ਪੰਜੀ ਉੱਪਰ ਚੜ ਜਾ ਉਹ ਤਾਂ ਦਮ ਸਿਕੜ ਪੈਣ ਉੱਪਰ ਮਾਂ ਜੀ ਨਹੀਂ ਕੰਡ ਲੜੂੰਗੀ ਕਹਿੰਦਾ ਕਿਤੇ ਸੌਲੀ ਲੜਦੀ ਕਹਿੰਦਾ ਨਾਲੂ ਕਹਿੰਦਾ ਤੇਲ ਲਾ ਦੋ ਸਰੋਂ ਦਾ ਕਹਿੰਦਾ ਕੁਛ ਨੀ ਹੁੰਦਾ ਮੈਂ ਵਰਤਾ ਗਿਆ ਔਖਾ ਸੌਖਾ ਬਾਈ ਮੈਨੂੰ ਪਤਾ ਕਿਹੜੀ ਹੋਈ ਮੇਰੇ ਨਾਲ ਆਪਾਂ ਜੈਕਟ ਪਾ ਕੇ ਰੱਖਣੀ ਆ ਬਾਈ ਬਾਈ ਤਿਆਰ ਖੜੀ ਆ ਦੇਖ ਲਓ ਉਹਨੇ ਬੈਗ ਵੀ ਚੱਕਿਆ ਪੂਰੀ ਰੇਡੀ ਖੜੀ ਵੀ ਚੱਲ ਚਲੀਏ ਹੈ ਆਪਾਂ ਨੇ ਜੈਕਟ ਪਾਈ ਵੀ ਆ ਦਸਤਾਨੇ ਉੱਤੇ ਪਾ ਲਿਆ ਇਹ ਕਹਿੰਦਾ ਅੱਗੇ ਚੱਲਦੇ ਕਹਿੰਦਾ ਨਹੀਂ ਤੇ ਗੰਨੇ ਨਾਲ ਘੁਲਣਾ ਪੈਣਾ ਦੱਸਾਂ ਕਹਿੰਦਾ ਨਾ ਪਾਲਾ ਕੱਪੜੇ ਹੈ ਬਾਈ ਤੇ ਪਾਲਾ ਕੱਪੜੇ ਆ ਜਾ ਮੜਾ ਇਹ ਚਕਾਈ ਕਿੰਨਾ ਇਹ ਕੱਪੜੇ ਮੈਂ ਪੱਕੇ ਰੱਖਣੇ ਆ ਵੀ ਕੋਈ ਕਿਤੇ ਨੂੰ ਬਰਛਾ ਵੱਜ ਨਾ ਜਾਵੇ ਦਸਤਾਨੇ ਪਾਲਣੇ ਉਰੇ ਬਰਛਾ ਨਹੀਂ ਹੁੰਦਾ ਪੱਛ ਹੁੰਦੇ ਉਹਦੇ ਪੱਛ ਪੱਛ ਉਹੀ ਪੱਛ ਐ ਤਾਂ ਬਰਛੇ ਵਰਗੇ ਹੋ ਆ ਕਿਸਾ ਚੀਰ ਦੇ ਜਾਂਦੇ ਉਹ ਸਭ ਕੁਛ ਕੱਪੜੇ ਬਦਲਣੇ ਪੈ ਜਾਣੇ ਕੱਪੜੇ ਤਾਂ ਬਦਲਣੇ ਪੈਣੇ ਹੁਣ ਪਤਾ ਲੱਗਿਆ ਕੰਮ ਕਿਵੇਂ ਜਦੋਂ ਮਾਮੇ ਕੋਲ ਆਇਆ ਤਾਂ ਮਾੜਾ ਜਿਹਾ ਕਰਕੇ ਡੈਡੀ ਨੇ ਵੀਡੀਓ ਭੇਜ ਕੇ ਚੱਲ ਪਈ ਮੇਰੇ ਕੋਲ ਆਇਆ ਇਹਨੇ ਥੋੜੀ ਝੋਲੀ ਚੱਕਣੀ ਵੀਡੀਓ ਪਾ ਦੇ ਡੈਡੀ ਨੂੰ ਵੀ ਕੰਮ ਕਰ ਰਿਹਾ ਚੱਲ ਠੀਕ ਹੈ ਮਾਮਾ ਫਿਰ ਠੀਕ ਹੈ ਓਕੇ ਆਈ ਫਿਰ ਮੈਂ ਜਿਹੜਾ ਮਾਰੀ ਫਿਰ ਹਾਂ ਹਾਂ ਠੀਕ ਹੈ ਮਾਮਾ ਜੀ ਠੀਕ ਹੈ
ਸਤਿ ਸ਼੍ਰੀ ਅਕਾਲ। ਇਹਦੇ ਅੰਦਰ ਆਵਾਜ਼ ਨੀ ਮਰਨੀ, ਇਹਨੇ ਰਾਤ ਆਉਣ ਤੇ ਪਹਿਲਾਂ ਪਹਿਲਾਂ ਤੱਕ ਅੱਧੇ ਪਹੁੰਚ ਜਾਣਾ, ਧੁੱਪ ਤਾਂ ਹੈਗੀ ਅਜੇ। ਫੇਰ ਮਿਲਾਂਗੇ, ਹੋਰ ਕੰਮ ਦੇਖੀਏ ਆਪਾਂ, ਫੇਰ ਮਿਲਾਂਗੇ।